ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਖ ਸੰਤਾਪੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਕਰਕੇ ਗੋਲੇ ਜੀ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਕਰਕੇ ਗੋਲੇ ਜੀ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਖਸਮ ਹਮਾਰੇ ਨਿਮਖ ਨਿਮ ਤੁਮਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਦੇਵਾ
ਸੁਆਮੀ ਤੇਰੋ ਅੰਤ ਨ ਗਿਨੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਬੋਲੇ
ਸੰਗਤ ਜੀਓ ਆਓ ਸਭ ਮਾਈ ਭਾਈ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀ ਚੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪ ਜੀ ਸੰਸਾਰਕ ਧੰਦਿਆਂ ਦਾ ਤਿਆਗ ਕਰਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸਿਵ ਸਲਾਹ ਵਿੱਚ ਜੁੜ ਰਹੇ ਹਨ। ਪੂਰਾ ਪੂਰਾ ਲਾਭ ਉਠਾਉਣ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੀ ਹੈ। ਹੁਣੇ ਹੁਣੇ ਭਾਈ ਜਸਵੰਤ ਸਿੰਘ ਜੀ ਪਾਸੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਜੋ ਬਾਕੀ ਸਮਾਂ ਹੈ ਉਹ ਵੀ ਲੇਖੇ ਵਿੱਚ ਲੱਗੇ, ਉਹਦੇ ਵਾਸਤੇ ਨੇਤਰਾਂ ਨਾਲ ਗੁਰੂ ਸਰੂਪ ਦੇ ਦਰਸ਼ਨ ਕਰਨੇ, ਕੰਨਾਂ ਨਾਲ ਗੁਰਬਾਣੀ ਸ਼ਬਦ ਸਰਵਣ ਕਰਨਾ, ਜੇਬਾ ਨਾ ਸ਼ਬਦ 'ਚ ਬੋਲਣਾ, ਮਨ 'ਚ ਇਕਾਗਰ ਕਰਨਾ। ਇਸ ਸੰਸਾਰ ਦੇ ਅੰਦਰ ਵਿਰਲੇ ਹਨ ਜਿਨ੍ਹਾਂ ਨੂੰ ਦੋ ਚੀਜ਼ਾਂ ਆਜ਼ਾਦ ਨੇ। ਇੱਕ ਸੰਸਾਰ ਤੋਂ ਜਾਣਾ, ਇੱਕ ਪਰਮੇਸ਼ਰ ਦਾ ਨਾਮ। ਬਾਕੀ ਸੰਸਾਰ ਜਿਹੜਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ, ਬਾਕੀ ਸਭ ਕੁਝ ਯਾਦ ਹੈ। ਔਰ ਜੋ ਯਾਦ ਰੱਖਣਾ ਸੀ ਉਹ ਭੁੱਲਿਆ ਹੋਇਆ। ਰਾੜਾ ਸਾਹਿਬ ਮਹਾਂਪੁਰਖਾਂ ਦਾ ਬਚਨ ਹੈ, ਦੋ ਚੀਜ਼ਾਂ ਭੁਲਾਓ ਦੋ ਯਾਦ ਰੱਖੋ। ਕਿਸੇ ਨਾਲ ਨੇਕੀ ਕਰਕੇ ਭੁੱਲ ਜਾਓ, ਕਿਸੇ ਨੇ ਆਪਣੇ ਨਾਲ ਮਾੜਾ ਕੀਤਾ ਬਦਲੇ ਦੀ ਭਾਵਨਾ ਨਾ ਰੱਖੋ। ਯਾਦ ਰੱਖਣ ਵਾਲੀਆਂ ਇੱਕ ਮੌਤ ਇੱਕ ਵਾਹਿਗੁਰੂ, ਜਾਣਾ ਯਾਦ ਰੱਖਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਯਾਦ ਕਰਾਉਂਦੇ ਆ। ਇਹ ਜੋ ਸੰਸਾਰ ਹੈ ਇਹ ਸੁਪਨੇ ਦੀ ਨਿਆਈ ਹੈ। ਪਰ ਜੀਵ ਨੂੰ ਸਮਝ ਉਦੋਂ ਆਉਂਦੀ ਹੈ ਜਦੋਂ ਸੁਪਨੇ ਦੇ ਵਿੱਚੋਂ ਜਾਗਦਾ। ਜਿੰਨਾ ਚਿਰ ਸੁਪਨਾ ਹੈ ਉਹਨਾਂ ਚਿਰ ਸੁਪਨੇ ਨੂੰ ਸੱਚ ਮੰਨਦਾ। ਜਿਹੜਾ ਸੁਪਨੇ ਨੂੰ ਸੱਚ ਮੰਨਣ ਵਾਲਾ ਹੈ, ਮਰ ਕਹਿੰਦੇ ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੂਰਖ ਦਾ ਦਰਜਾ ਦਿੱਤਾ ਹੈ ਜਿਹੜਾ ਸੁਪਨੇ ਨੂੰ ਸੱਚ ਮੰਨਦਾ। ਅਤੇ ਜਿਸ ਨੇ ਸੁਪਨਾ ਮੰਨ ਲਿਆ, ਸਮਝ ਲਿਆ, ਸੋਝੀ ਆ ਗਈ, ਉਹ ਸਿਆਣਾ ਹੈ। ਇਸ ਕਰਕੇ ਜਾਣਾ ਯਾਦ ਰੱਖਣਾ, ਵਾਹਿਗੁਰੂ ਨੂੰ ਯਾਦ ਰੱਖਣਾ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਗਰੇ ਦੀ ਸੰਗਤ ਆਉਂਦੀ ਹੈ। ਸੰਗਤ ਨੇ ਬੇਨਤੀ ਕੀਤੀ, ਕਿਉਂਕਿ ਜੋ ਵੀ ਮਨ ਦੇ ਅੰਦਰ ਕਿਸੇ ਦਾ ਭਰਮ ਹੁੰਦਾ, ਸ਼ੰਕਾ ਹੁੰਦਾ, ਉਹ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜਾਂਦੀ। ਬਹੁਤ ਸਾਰੇ ਪ੍ਰੇਮੀ ਕਹਿਣਗੇ ਕਿ ਉਸ ਵੇਲੇ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਤਿਗੁਰ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਸਨ, ਗੁਰਸਿੱਖ ਬੇਨਤੀ ਕਰ ਲਿਆ ਕਰਦੇ ਸੀ। ਹੁਣ ਮਨ ਦਾ ਭਰਮ ਕਿਵੇਂ ਦੂਰ ਕਰੀਏ, ਹੁਣ ਬੇਨਤੀ ਕਿੱਥੇ ਕਰੀਏ? ਅੱਜ ਦਸੇ ਹੀ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖਸ਼ਿਸ਼ ਕਰ ਰਹੀਆਂ। ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ, ਕੋਈ ਭਰਮ ਹੈ, ਹਰ ਸਵਾਲ ਦਾ ਜਵਾਬ ਗੁਰਬਾਣੀ ਦੇ ਅੰਦਰ ਹੈ। ਤੁਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਹੁਕਮਨਾਮਾ ਲਓ। ਸਤਿਗੁਰੂ ਦਾ ਬਖਸ਼ਿਆ ਆਇਆ ਹੁਕਮਨਾਮਾ ਤੁਹਾਡੇ ਸ਼ੰਕੇ, ਤੁਹਾਡੇ ਭਰਮ ਦੂਰ ਕਰ ਦੇ। ਭਾਵ ਗੁਰੂ ਦੀ ਬਾਣੀ ਪੜ੍ਹੋ। ਬਾਣੀ ਸਾਡੇ ਮਨ ਦੇ ਸਾਰੇ ਭਰਮ, ਸਾਡੇ ਮਨ ਦੇ ਸਾਰੇ ਸ਼ੰਕੇ ਦੂਰ ਕਰਦੀ। ਗੁਰੂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜਿਹੜਾ ਸਮੇਂ ਸਮੇਂ ਗੁਰੂ ਮਹਾਰਾਜ ਉਪਦੇਸ਼ ਦਿੱਤਾ, ਉਹ ਪੜ੍ਹੀਏ, ਉਹ ਸੁਣੀਏ। ਕੋਈ ਸ਼ੰਕਾ ਨਹੀਂ ਰਹੇਗਾ, ਕੋਈ ਭਰਮ ਨਹੀਂ ਰਹੇਗਾ, ਕਿਉਂਕਿ ਸਮਰੱਥ ਗੁਰੂ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਰਹਿਣ ਦਿੰਦੇ, ਕੋਈ ਸੰਸਾ ਨਹੀਂ ਰਹਿਣ ਦਿੰਦੇ, ਕਿਉਂਕਿ ਸਤਿਗੁਰ ਦੀ ਬਾਣੀ ਦਾ ਆ ਫਰਮਾਨ ਹੈ। ਤੁਮ ਸ਼ਰਣਾਈ ਆਇਆ ਠਾਕੁਰ, ਤੁਮ ਸ਼ਰਣਾਈ ਆਇਆ, ਤੁਮ ਸ਼ਰਣਾਈ ਆਇਆ ਠਾਕੁਰ, ਤੁਮ ਸ਼ਰਣਾਈ ਆਇਆ। ਦਰਸ਼ਨ ਪਾਇਆ ਠਾਕੁਰ, ਤੁਮ
ਇੱਥੇ ਸਾਰੇ ਭਰਮ ਸਾਰੇ ਸੰਸ਼ੇ ਦੂਰ ਹੋ ਜਾਂਦੇ। ਸੁਆਗਰੇ ਦੀ ਸੰਗਤ ਪੰਚਮ ਗੁਰੂ ਦੀ ਸ਼ਰਨ ਵਿੱਚ ਆਉਂਦੀ। ਜਿਸ ਵੇਲੇ ਸਮਾਂ ਮਿਲਿਆ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਸਾ ਉਪਦੇਸ਼ ਬਖਸ਼ੋ ਜਿਸ ਦੇ ਨਾਲ ਅਸੀਂ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਵੀ ਨਿਭਾ ਸਕੀਏ ਅਤੇ ਜੀਵਨ ਵੀ ਸਫਲ ਹੋ ਜਾਵੇ। ਕਿਉਂਕਿ ਅਸੀਂ ਗ੍ਰਿਸਤੀ ਹਾਂ, ਕੋਈ ਖੇਤੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਬਿਜ਼ਨਸ ਕਰਦਾ, ਕੋਈ ਸਰਵਿਸ ਕਰਦਾ, ਪਰਿਵਾਰ ਨੂੰ ਵੀ ਪਾਲਣਾ ਹੈ ਅਤੇ ਜੀਵਨ ਕਿਵੇਂ ਸਫਲ। ਅਸੀਂ ਘਰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਨਹੀਂ ਜਾ ਸਕਦੇ, ਅਸੀਂ ਤਪ ਨਹੀਂ ਕਰ ਸਕਦੇ, ਕਸ਼ਯੋਗ ਸਾਧਨ ਨਹੀਂ ਕਰ ਸਕਦੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਦੇਖੋ ਪ੍ਰੇਮੀਓ, ਸੰਸਾਰ ਵਿੱਚ ਵਿਚਰਨ ਵਾਸਤੇ ਤੁਸੀਂ ਚਾਰ ਚਾਰ ਗੁਣ ਧਾਰਨ ਕਰ ਲਓ। ਪਹਿਲਾ ਹੈ ਕਰਨਾ, ਆਪਣੇ ਤੋਂ ਛੋਟੇ 'ਤੇ ਦਇਆ ਕਰਨੀ, ਤੱਕਾ ਨਹੀਂ ਕਰਨਾ। ਆਮ ਕੀ ਹੁੰਦਾ ਕਿ ਮਨੁੱਖ ਵੱਡਿਆਂ ਅੱਗੇ ਤਾਂ ਹੱਥ ਜੋੜਦਾ, ਛੋਟਿਆਂ ਨਾਲ ਤੱਕਾ ਕਰਦਾ। ਤੱਕਾ ਹੁੰਦਾ ਹੀ ਗਰੀਬ ਨਾਲ ਹੈ, ਛੋਟੇ ਨਾਲ ਹੈ। ਪਹਿਲਾ ਗੁਣ ਕਰਨਾ, ਦਇਆ ਕਰਨੀ। ਜਿਹੜਾ ਦਇਆ ਕਰਦਾ ਹੈ, ਜਿਸ ਦੇ ਅੰਦਰ ਦਇਆ ਹੈ, ਉੱਥੇ ਧਰਮ ਹੈ। ਕਿਉਂਕਿ ਦਇਆ ਨੂੰ ਮਾਂ ਮੰਨਿਆ ਗਿਆ, ਧਰਮ ਨੂੰ ਪੁੱਤਰ ਮੰਨਿਆ ਗਿਆ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅੱਠ ਸੱਠ ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਦਇਆ ਦਾ ਫਲ ਕਿੰਨਾ ਵੱਡਾ। ਜੇ ਤੁਸੀਂ ਕਿਸੇ ਦਰਖਤ ਨੂੰ ਵੀ ਪਾਣੀ ਪਾਉਂਦੇ ਹੋ, ਉਹਦਾ ਵੀ ਫਲ ਮਿਲਦਾ। ਐਸਾ ਇਸਲਾਮ ਵਿੱਚ ਇੱਕ ਜਗ੍ਹਾ ਲਿਖਿਆ ਮਿਲਦਾ ਹੈ ਕਿ ਜੇ ਤੁਸੀਂ ਦਰਖਤ ਨੂੰ ਪਾਣੀ ਪਾਉਂਦੇ ਹੋ, ਉਸ ਦਰਖਤ 'ਤੇ ਜਿਹੜੇ ਪੰਛੀ ਸਮਾਂ ਕੱਟ ਕੇ ਜਾਂਦੇ ਹੈ, ਕੋਈ ਪੰਛੀ ਬੱਚੇ ਪਾਲ ਕੇ ਜਾਂਦੇ ਨੇ, ਕੋਈ ਕੁਛ ਸਮਾਂ ਛਾਇਆ ਬੈਠ ਕੇ ਜਾਂਦੇ ਨੇ, ਮਨੁੱਖ ਦਰਖਤ ਦੀ ਛਾਵੇਂ ਬੈਠ ਕੇ ਜਾਂਦੇ ਨੇ, ਉਹ ਫਲ ਤੁਹਾਨੂੰ ਜ਼ਰੂਰ ਮਿਲਦਾ। ਜਿਹੜੇ ਜੀਆਂ ਉੱਤੇ ਦਇਆ ਕਰਦੇ ਹੈ, ਅੱਠ ਸੱਠ ਤੀਰਥ ਮੰਨੇ, ਅੱਠ ਸੱਠ ਤੀਰਥ ਦੇਵੀ ਥਾਪੇ। ਜਿਹਨੂੰ ਦੇਵੀ ਪੜ੍ਹਦੇ ਹਾਂ ਅਤੇ ਸ਼ਿਵਜੀ ਪਾਰਵਤੀ ਦੀ ਸਾਖੀ ਹੁੰਦੀ ਹੈ ਕਿ ਪਾਰਵਤੀ ਨੂੰ ਹੁਕਮ ਹੋਇਆ, ਉਹਨੇ 68 ਤੀਰਥ ਜਿਹੜੇ ਸੀ ਨਿਯੁਕਤ ਕੀਤੇ, ਹਜ਼ਾਰਾਂ ਦੇ ਵਿੱਚੋਂ 68 ਤੀਰਥ ਬਣੇ। ਦੇਵੀ ਥਾਪੇ ਭਾਵ ਦੇਵਤਿਆਂ ਥਾਪੇ।
سچے پاتشاہ نوں بینتی کیتی مارے جانا چاہیے مر کے تے تہانوں لوڑ نہیں گھر بیٹھے دا پن پراپت ہو جائے ارش ار تیرتھ پروان جیاں اتے دیا کرو آ جڑا تہاڈے شریر دے اندر جی رہندا نا ایہدے تے وی دیا کرو جی ایہدے تے دیا نہیں کردے گرو والے نہیں بنتے سیوا نہیں کرتے سمر نہیں کرتے بانی نہیں پڑھتے بانی نہیں سنتے جیون لیکھے چ نہیں لاؤندے پھر اس جی کا کی حال ہوئے گا جی پے گا کنے کے دکھ چلے گا دکھ تو اگے بتھیرے نے چلے نے ہوں تو یہ دیا کرو بہت دیر تو یہ جیو دکھ بھوگتا آ رہا ہے پھرت بہت جگ ہارو ماس دیہ لئی نانک ایت ملن کی بریا سمت کہاں نہیں جگاں دے جگ ہو گئے اسی کہنے کرپا ہونی چاہیے بالکل ٹھیک ہے ਸਤਿਗੁਰੂ ਪਰਮੇਸ਼ੁਰ ਦੀ ਹੀ ਕਿਰਪਾ ਨਾਲ ਇਹ ਜੀਵ ਦਾ ਭਲਾ ਹੋਣਾ ਪਰ ਐਸਾ ਨਾ ਹੋਵੇ ਅਸੀਂ ਕਿਰਪਾ ਦੀ ਸੰਭਾਲ ਨਾ ਕਰ ਸਕੀਏ ਆਹ ਮਨੁੱਖ ਜਨਮ ਉਸ ਮਾਲਕ ਦੀ ਕਿਰਪਾ ਹੈ ਸਾਨੂੰ ਮਿਲਿਆ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਨੂੰ ਭਟਕਦਿਆਂ ਨੂੰ ਮਨੁੱਖ ਜਨਮ ਉੱਤੋਂ ਜਨਮ ਬਖਸ਼ ਦਿੱਤਾ ਇੱਕ ਸਵਾਸ ਅਮੋਲਕ ਹੈ ਗੁਰੂ ਨੇ ਕਿਰਪਾ ਕੀਤੀ ਮਾਤਾ ਪਿਤਾ ਨੇ ਕਿਰਪਾ ਕੀਤੀ ਜਨਮ ਦਿੱਤਾ ਨੇਕ ਸਿੱਖਿਆ ਦਿੱਤੀ ਗੁਰੂ ਨੇ ਕਿਰਪਾ ਕੀਤੀ ਆਪਣਾ ਬਣਾ ਲਿਆ ਗੁਰੂ ਦੇ ਦਰ 'ਤੇ ਕੋਈ ਵੀ ਆਵੇ ਸਤਿਗੁਰੂ ਕਿਸੇ ਦੇ ਔਗਣ ਨਹੀਂ ਚਿਤਾਰਦੇ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿਤੇ ਐਸਾ ਨਾ ਹੋਵੇ ਅਸੀਂ ਸਮਝ ਲਈਏ ਕਿ ਗੁਰੂ ਮਹਾਰਾਜ ਬਖਸ਼ਣਹਾਰ ਨੇ ਔਗਣ ਬਖਸ਼ ਲੈਣ ਅਤੇ ਅਸੀਂ ਔਗਣ ਕਰੀ ਜਾਈਏ ਪਰ ਨਹੀਂ ਅੱਗੇ ਸਮਝ ਲਓ ਨੰਦ ਲਾਲਾ ਪਿੱਛੇ ਜੋ ਬੀਤੀ ਸੋ ਬੀਤੀ ਪਿਛਲਾ ਸਮਾਂ ਜਿਹੜਾ ਬੀਤ ਗਿਆ ਬੀਤ ਗਿਆ ਅਗਲੇ ਨੂੰ ਲੇਖੇ ਵਿੱਚ ਲਾਓ ਅੱਜ ਉਹ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਜੇ ਹੁਣ ਸਮਝ ਆ ਗਈ ਹੈ ਤਾਂ ਹੁਣ ਹੀ ਬਾਕੀ ਸਮਾਂ ਲੇਖੇ ਵਿੱਚ ਲਾ ਲਵੇ ਇਹ ਕਰਮਾਂ ਹੋਏਗਾ ਮਿਲ ਜਾਏਗਾ ਸਤਸੰਗ ਨਹੀਂ ਆਪਣੇ ਆਪ 'ਤੇ ਆਪ ਵੀ ਕਿਰਪਾ ਕਰੇ ਐਸਾ ਫਰਮਾਨ ਸਤਿਗੁਰੂ ਦਾ ਹੈ ਅਜੇ ਕੁਝ ਨਹੀਂ ਵਿਗੜਿਆ ਤੇਰਾ ਅਜੇ ਕੁਝ ਨਹੀਂ ਵਿਗੜਿਆ ਤੇਰਾ ਹਰ ਜਸ ਹੈ ਮਨਾਇ ਅਜੇ ਕੁਝ ਨਹੀਂ ਵਿਗੜਿਆ ਤੇਰਾ ਹਰ ਜਸ ਗਲ ਲੈ
चीत ना है तो चीत ले निस दिन में प्राणी शिन शिन औद बिहात है फूटे कर जो पानी हर गुण काहे न गाव ही मूर्ख अज्ञाना झूठे लाच लाके न मरन पछाना अजो कछ बिगड़ो नहीं जो प्रभु गुण गावे कहो नान ते भजन ते निरपै पद पावे जे बचपन लंघ गया जवानी लंघ गई बुढ़ेपा आ गया पर जे अजे भी सोझी आ गई है बाकी श्वास लेखे विच ला लो जे पछतावा ही करदे रहे कुछ नहीं पले रहना इस करके अपने आप ते आप कृपा करनी उद्यम करना कृपा ते सतगुर नहीं करनी गुरु महाराज किते नहीं कहिंदे कि पिछले कर्मां दी उड़ीक करदे रहो महाराज कहिंदे हुण तुहानूं समां मिलिआ मनुख जन्म तो बगैर बाकी भुगतण जूना ने ये भुगतण जूनी दे नाल कर्म जूनी भी है इस करके ये सानू जिहड़ा जन्म मिलिआ है सेवा ते सिमरन वास्ते मिलिआ है सो उहदे वास्ते पहला अपने जीव ते दया करिए फिर दूजियां ते दया करेगा ये जीव कदों दा जन्म बंदे चक्कर च पिया होया ते जे हुण इहदा छुटकारा ना होया फिर उही चक्कर 84 लाख दा इस करके इहदे ते भी दया करो जब इहदे ते दया करांगे फिर अपने आप ही दूजियां ते भी दया होएगी आप पशु पंछी मनुख हर एक दी दया कर किन्नियां साखियां आपां सरवण कीतियां ने सुभगत दीन ने एक हरनी का बच्चा छड़ दिता जिहड़ा जंगल चों फड़िया सी रात नूं फरिश्ता आया उन्हें कहा तू बहुत वड्डा पुन कीता है वह जिहड़ा हरनी का बच्चा छड़िया तैनूं राज मिल रहा है उहदे सिर ते ताज रख्या गया एक हरनी का बच्चा छड्डण दे नाल इन्ना पुन के राज मिल गया ते जे दया नहीं करदा उन्हां जीवां नूं मारदा फिर राज पा खत्म हो जांदा है सीधी गल है जे बीबी राविया ने एक कुत्ती दे बच्चियां नूं पानी पियाया है ਉਹਨੂੰ ਕਾਬੇ ਦਾ ਹੱਜ ਕਰਨ ਦੀ ਲੋੜ ਨਹੀਂ ਪਈ ਸਾਖੀ ਸਮਝਾਉਣ 'ਤੇ ਕਰਦਾ ਜਿਹੜਾ ਮਤਲਬ ਹੁੰਦਾ ਵੀ ਸਰਲਖਾ ਸਹਿਜ ਨਾਲ ਸਮਝ ਆ ਜਾਂਦੀ ਉਹਨੂੰ 60 ਕੋ ਪਹਿਲਾਂ ਹੀ ਉੱਥੇ ਹੀ ਸਭ ਕੁਛ ਪ੍ਰਾਪਤ ਹੋ ਗਿਆ ਉਹਨੂੰ ਕਾਬੇ ਦਾ ਹੱਜ ਕਰਨ ਦੀ ਲੋੜ ਨਹੀਂ ਪਈ ਭਾਵ ਜਿਹਦੇ ਅੰਦਰ ਦਇਆ ਹੈ ਉਹਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਰਨਾ ਛੋਟਿਆਂ 'ਤੇ ਦਇਆ ਕਰਨੀ ਛੋਟਾ ਬੇਵੱਸ ਹੁੰਦਾ ਜੇ ਮਾਲਕ ਨੇ ਤੁਹਾਡੇ ਹੱਥ ਤਾਕਤ ਦਿੱਤੀ ਹੈ ਤੁਸੀਂ ਤੱਕਾ ਨਾ ਕਰੋ ਦਇਆ ਕਰੋ ਦੂਸਰਾ ਮੈਤਰੀ ਜਿਹੜਾ ਬਰਾਬਰ ਹੈ ਉਹਦੇ ਨਾਲ ਪਿਆਰ ਕਰੋ ਤੀਸਰਾ ਮੁੱਦਤਾ ਜਿਹੜਾ ਆਪਣੇ ਤੋਂ ਵੱਡਾ ਹੈ ਉਹਦਾ ਸਤਿਕਾਰ ਕਰੋ ਆਮ ਮਨੁੱਖ ਦਾ ਸੁਭਾਅ ਹੁੰਦਾ ਆਪਣੇ ਤੋਂ ਵੱਡੇ ਨਾਲ ਈਰਖਾ ਕਰਨੀ ਅਤੇ ਛੋਟੇ ਨੂੰ ਵੇਖ ਕੇ ਹੰਕਾਰ ਕਰਨਾ ਛੋਟਿਆਂ ਨੂੰ ਦੇਖ ਕੇ ਹੰਕਾਰ ਆਪਣੇ ਤੋਂ ਵੱਡਿਆਂ ਨੂੰ ਦੇਖ ਕੇ ਈਰਖਾ ਦੋਵੇਂ ਗੱਲਾਂ ਮਾੜੀਆਂ ਨੇ ਗੁਰੂ ਮਹਾਰਾਜ ਕਹਿੰਦੇ ਜਿਹੜਾ ਵੱਡਾ ਹੈ ਭਾਈ ਗੁਣਾ ਕਰਕੇ ਨਾਮ ਕਰਕੇ ਸੇਵਾ ਕਰਕੇ ਵਾਹਿਗੁਰੂ ਨੇ ਮਾਣ ਇਹ ਤਾਂ ਸਤਿਕਾਰ ਜੀ ਕਿਸੇ ਦਿੱਤਾ ਹੈ ਉਹਦਾ ਸਤਿਕਾਰ ਕਰੋ ਈਰਖਾ ਨਾ ਕਰੋ ਚੌਥਾ ਵੇਖਿਆ ਹੈ ਜੇ ਕਿਸੇ ਨਾਲ ਨਹੀਂ ਬਾਣ ਆਉਂਦੀ ਸਹਿਜ ਸਹਿਜ ਪਿੱਛੇ ਹਟ ਜਾਓ ਵੈਰ ਵਿਰੋਧ ਵਿੱਚ ਨਾ ਪਾਓ
ਸੋ ਇਹ ਚਾਰ ਚਾਰ ਗੁਣ ਪੰਚਮ ਪਾਤਸ਼ਾਹ ਕਹਿੰਦੇ ਸਾਰੇ ਧਾਰਨ ਕਰੋ ਸੰਸਾਰ 'ਚ ਵਿਚਰਨ ਵਾਸਤੇ। ਅੱਜ ਵੀ ਲੋੜ ਹੈ, ਅੱਜ ਵੀ ਗੁਣ ਧਾਰਨ ਕਰੋ, ਦੇਖੋ ਕਿੰਨਾ ਸੁੱਖ ਮਿਲਦਾ। ਨਾ ਨਿਰਹੰਕਾਰ ਰਹੇਗਾ, ਨਾ ਈਰਖਾ ਰਹੇਗੀ, ਪਿਆਰ ਆ ਜਾਏਗਾ। ਅੱਗੇ ਬਚਨ ਦਾ ਗੁਰੂ ਮਹਾਰਾਜ ਕਹਿੰਦੇ ਕਿ ਉਸ ਕਰਤਾਰ ਨੂੰ ਸਦਾ ਯਾਦ ਰੱਖੋ, ਭੁੱਲੋ ਨਾ। ਭਾਵ ਜਾਣਾ ਯਾਦ ਰੱਖਣਾ, ਵਾਹਿਗੁਰੂ ਨੂੰ ਯਾਦ ਰੱਖਣਾ, ਪੰਚਮ ਪਾਤਸ਼ਾਹ ਬਚਨ ਕਰਦੇ। ਕਿਉਂਕਿ ਭੁੱਲਣ ਵਿੱਚ ਦੁੱਖ ਹੈ, ਵਿਸਾਰਨ ਵਿੱਚ ਦੁੱਖ ਹੈ, ਹਰ ਬਿਸਰਤ ਸਦਾ ਖੁਆਰੀ। ਤਾਂ ਹੀ ਤਾਂ ਆਪਾਂ ਵਾਰ ਵਾਰ ਅਰਦਾਸਾਂ ਕਰਦੇ ਹਾਂ ਕਿ ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨਿਤ ਤੇਰੇ। ਸਾਡੇ ਹਿਰਦੇ ਚੋਂ ਮਾਲਕ ਦੀ ਯਾਦ ਨਾ ਵਿਸਰੇ। ਪੰਚਮ ਪਾਤਸ਼ਾਹ ਕਹਿੰਦੇ ਉਸ ਕਰਤਾਰ ਨੂੰ, ਵਾਹਿਗੁਰੂ ਨੂੰ ਸਦਾ ਯਾਦ ਰੱਖੋ। ਉਹ ਤਾਂ ਹੀ ਯਾਦ ਹੋਏਗਾ ਜੇ ਜਾਣਾ ਯਾਦ ਹੋਏਗਾ ਤਾਂ। ਭਾਵ ਮੌਤ ਯਾਦ ਅਤੇ ਵਾਹਿਗੁਰੂ ਯਾਦ। ਵਿਰਲੇ ਹਨ ਜਿਨ੍ਹਾਂ ਨੂੰ ਇਹ ਦੋ ਚੀਜ਼ਾਂ ਯਾਦ ਨੇ। ਭਗਤ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ ਕੋਈ ਪ੍ਰੇਮੀ ਆ ਗਿਆ, ਘਰ ਵਿੱਚ ਮਾਤਾ ਲੋਈ ਜੀ ਹਨ, ਬੇਨਤੀ ਕੀਤੀ, ਮਾਤਾ ਜੀ ਮੈਂ ਭਗਤ ਜੀ ਦੇ ਦਰਸ਼ਨ ਕਰਨੇ ਨੇ। ਮਾਤਾ ਲੋਈ ਜੀ ਕਹਿਣ ਲੱਗੇ ਪ੍ਰੇਮੀਆਂ, ਭਗਤ ਜੀ ਤਾਂ ਕੋਈ ਚੜ੍ਹਾਈ ਕਰ ਗਿਆ,
ਤੇ ਉਹਦੇ ਸਸਕਾਰ ਵਾਸਤੇ ਨਾਲ ਸ਼ਮਸ਼ਾਨ ਘਾਟ 'ਚ ਗਏ ਤੇ ਪ੍ਰੇਮੀ ਕਹਿਣ ਲੱਗਾ ਮਾਤਾ ਜੀ ਮੈਨੂੰ ਜਲਦੀ ਮੈਨੂੰ ਨਿਸ਼ਾਨੀ ਦੱਸੋ ਮੈਂ ਉੱਥੇ ਹੀ ਦਰਸ਼ਨ ਕਰਕੇ ਵਾਪਸ ਚਲਾ ਜਾਂਗਾ। ਮਾਤਾ ਲੋਈ ਜੀ ਕਹਿਣ ਲੱਗੇ ਭਗਤ ਕਬੀਰ ਜੀ ਦੀ ਇਹ ਨਿਸ਼ਾਨੀ ਹੈ ਉਹਨਾਂ ਦੇ ਸਿਰ ਦੇ ਉੱਪਰ ਇੱਕ ਗਿੱਠ ਲਾਟ ਹਰ ਵੇਲੇ ਬਲਦੀ ਰਹਿੰਦੀ। ਇਹ ਪ੍ਰੇਮੀ ਜਿਉਂ ਚੱਲਿਆ ਸ਼ਮਸ਼ਾਨ ਘਾਟ 'ਚ ਪਹੁੰਚ ਗਿਆ। ਉੱਥੇ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਸੀ ਉਹਦਾ ਸੰਸਕਾਰ ਹੋ ਰਿਹਾ ਸੀ। ਆਲੇ ਦੁਆਲੇ ਪਰਿਵਾਰ ਕਟੰਬ ਰਿਸ਼ਤੇਦਾਰ ਨਗਰ ਵਾਲੇ ਸਭ ਬੈਠੇ ਹੈ। ਇਸ ਪ੍ਰੇਮੀ ਨੇ ਕੀ ਦੇਖਿਆ ਕਿ ਸਾਰਿਆਂ ਦੇ ਸਿਰਾਂ 'ਤੇ ਲਾਟਾਂ ਬਣ ਰਹੀਆਂ ਨੇ। ਇਹ ਵਾਪਸ ਆ ਗਿਆ ਕਹਿਣ ਲੱਗਾ ਮਾਤਾ ਜੀ ਉੱਥੇ ਤੇ ਸਾਰੇ ਭਗਤ ਕਬੀਰ ਨੇ ਮੈਨੂੰ ਪਛਾਣ ਨਹੀਂ ਹੋ ਰਹੀ। ਮਾਤਾ ਲੋਈ ਜੀ ਕਹਿਣ ਲੱਗੇ ਪ੍ਰੇਮੀਆ ਜਲ ਸੰਸਕਾਰ ਕਰਕੇ ਵਾਪਸ ਮੁੜਨਗੇ ਤਾਂ ਸਮਝ ਆ ਨੇ ਕੀ ਸੰਸਕਾਰ ਤੋਂ ਬਾਅਦ ਸਾਰੇ ਵਾਪਸ ਚੱਲੇ ਸਭ ਦੀਆਂ ਲਾਟਾਂ ਬੁੱਝ ਗਈਆਂ ਅਤੇ ਭਗਤ ਕਬੀਰ ਦੇ ਸਿਰ 'ਤੇ ਉਵੇਂ ਜਿਵੇਂ ਲਾਟ ਬਣ ਰਹੀ ਹੈ ਪਛਾਣ ਹੋ ਗਈ। ਲਾਟ ਕੀ ਹੈ? ਮੌਤ ਦੀ ਯਾਦ। ਆਮ ਬੰਦਿਆਂ ਨੂੰ ਸਿਰਫ ਓਨੀ ਦੇਰ ਯਾਦ, ਉਹ ਵੀ ਕਿਸੇ ਵਿਰਲੇ ਨੂੰ ਸਤਸੰਗ ਤੇ ਉਸ ਜਿਹੜੇ ਵੀ ਆਮ ਹੱਸ ਰਹੇ ਹੁੰਦੇ ਆ, ਪਰ ਜੇ ਯਾਦ ਤੇ ਥੋੜ੍ਹੀ ਦੇਰ, ਪਰ ਜੇ ਰੱਬ ਦੇ ਪਿਆਰੇ ਹੈ ਉਹਨਾਂ ਨੂੰ ਸਦਾ ਹੀ ਯਾਦ ਹੈ, ਉਹਨਾਂ ਨੂੰ ਸਦਾ ਹੀ ਯਾਦ ਹੈ। ਸੰਸਾਰ ਨੂੰ ਕਿਉਂ ਨਹੀਂ ਯਾਦ? ਮਰ ਕਹਿੰਦੇ ਝੂਠੇ ਲਾਲ 'ਚ ਲਾ ਕੇ ਨਹਿ ਮਰਨ ਪਛਾਣਾ, ਝੂਠਾ ਲਾਲ 'ਚ ਲੱਗਿਆ ਹੋਇਆ ਦਿਨ ਰਾਤ ਦੌੜਾ ਭੱਜਾ ਫਿਰਦਾ, ਖੱਬ ਖੱਬ ਕੇ ਮਰ ਰਿਹਾ। ਇਹਦੀ ਹਾਲਤ ਇਉਂ ਹੈ ਜਿਵੇਂ ਚੂਹਾ ਕਾਗਜ਼ ਕੁੱਤਦਾ ਰਹੇ ਸਾਰੀ ਰਾਤ, ਥੱਕ ਜਾਵੇ, ਬੜਾ ਕੰਮ ਕੀਤਾ ਮੈਂ, ਪੱਲੇ ਤਾਂ ਕੁਛ ਨਹੀਂ ਪਿਆ, ਜਾਂ ਐਂ ਕਹਿ ਦਿਉ ਕਿ ਹਨੇਰਾ ਢੋਂਦਾ, ਸਮਝ ਹੈ ਨਹੀਂ। ਜਿਵੇਂ ਇੱਕ ਪਰਿਵਾਰ ਬੜਾ ਅਣਜਾਣ ਸੀ ਅਤੇ ਉਹਨਾਂ ਨੇ ਦਿਨੇ ਸੌਂ ਰਹਿਣਾ, ਜਿਸ ਵੇਲੇ ਸ਼ਾਮ ਪੈਣੀ ਸਾਰਿਆਂ ਨੇ ਵੱਡੇ ਵੱਡੇ ਕੱਪੜੇ ਖੁੱਲ੍ਹੇ ਪੱਲੀਆਂ ਵਰਗੇ ਕੱਢਣੇ, ਵਿਛਾਉਣ ਲੱਗ ਪੈਣਾ, ਜਿਵੇਂ ਪੰਡਾਂ ਬਣੀ ਦੀਆਂ ਸਿਰ 'ਤੇ ਰੱਖ ਰੱਖ ਕੇ ਅਤੇ ਦੂਰ ਜਾ ਕੇ ਖੋਲ੍ਹ ਕੇ ਆਉਣੇ ਵੀ ਅਸੀਂ ਹਨੇਰਾ ਢੋਂਦੇ ਹਾਂ, ਫਿਰ ਚਾਨਣ ਹੁੰਦਾ। ਉਹਨਾਂ ਨੇ ਇੱਕ ਮੁੰਡੇ ਦਾ ਵਿਆਹ ਕੀਤਾ, ਉਹ ਜੇ ਇਸ ਵੇਲੇ ਨੂੰਹ ਆਈ ਉਹਨੇ ਕੀ ਦੇਖਿਆ ਵੀ ਇਹ ਕਵਲਿਆਂ ਦਾ ਟੱਬਰ ਕੀ ਕਰਦਾ। ਪੁੱਛਣ ਲੱਗੀ ਵੀ ਤੁਸੀਂ ਕੀ ਕਰਦੇ ਹੋ? ਉਹ ਕਹਿੰਦੇ ਵੀ ਅਸੀਂ ਰਾਤ ਨੂੰ ਹਨੇਰਾ ਢੋਂਦੇ ਹਾਂ, ਵੀ ਸਾਰਾ ਟੱਬਰ ਹੀ ਘਰ ਦੇ ਵਿੱਚੋਂ ਪੰਡਾਂ ਪਾ ਪਾ ਕੇ ਬਾਹਰ ਸੁੱਟ ਆਉਂਦੇ ਹਾਂ ਅਤੇ ਤਾਂ ਦਿਨ ਚੜ੍ਹਦਾ, ਜੇ ਨਾ ਢੋਈਏ ਤਾਂ ਰਾਤ ਹੀ ਰਹਿਣੀ, ਮਸਾਂ ਦਿਨ ਚੜ੍ਹਦਾ ਫਿਰ ਦਿਨੇ ਅਸੀਂ ਆਰਾਮ ਕਰ ਲੈਂਦੇ ਹਾਂ। ਉਹਨੇ ਦੇਖਿਆ ਵੀ ਕਮਲਿਆਂ ਦਾ ਟੱਬਰ, ਉਹਨੇ ਸਮਝਾਇਆ ਵੀ ਤੁਹਾਡੇ ਹਨੇਰਾ ਢੋਣਾ ਕੁਝ ਨਹੀਂ ਬਣਦਾ, ਇਹ ਤਾਂ ਸਹਿਸ ਬਾਈ ਦਿਨ ਰਾਤ ਦਾ ਚੱਕਰ ਹੈ, ਤੁਹਾਡਾ ਚੜ੍ਹਾਇਆ ਦਿਨ ਨਹੀਂ ਚੜ੍ਹਦਾ। ਜਿਵੇਂ ਇੱਕ ਮਾਈ ਸੀ ਅਤੇ ਉਹਦੇ ਕੋਲ ਇੱਕ ਮੁਰਗਾ ਸੀ, ਕੁੱਕੜ ਵੀ ਕਹਿੰਦੇ ਆ ਮੁਰਗਾ ਵੀ ਕਹਿੰਦੇ ਆ, ਉਹ ਪਿੰਡ ਵਾਲਿਆਂ ਦੇ ਨਾਲ ਲੜ ਪਈ,
ਪਿੰਡ ਵਾਲਿਆਂ ਨੂੰ ਕਹਿੰਦੀ ਵੀ ਧਿਆਨ ਨਾਲ ਸੁਣ ਲਓ, ਮੇਰੇ ਨਾਲ ਤੁਸੀਂ ਲੜੋ ਨਾ। ਮੇਰਾ ਮੁਰਗਾ ਬਾਂਗ ਦਿੰਦਾ ਅਤੇ ਤਾਂ ਸੂਰਜ ਚੜ੍ਹਦਾ, ਤਾਂ ਦਿਨ ਚੜ੍ਹਦਾ, ਅਤੇ ਮੈਂ ਇੱਥੋਂ ਚਲੇ ਜਾਣਾ ਅਤੇ ਤੁਸੀਂ ਹਨੇਰੇ 'ਚ ਹੀ ਮਰੋਗੇ। ਉਹ ਸਾਰੇ ਹੱਸਣ ਲੱਗੇ ਵੀ ਮਾਈ ਕਮਲੀ ਇਹਦੇ ਬਾਂਗ ਦੇ ਨਾਲ ਸੂਰਜ ਥੋੜ੍ਹਾ ਚੜ੍ਹਦਾ, ਉਹ ਤਾਂ ਸੂਰਜ ਚੜ੍ਹਨ ਵਾਲਾ ਹੁੰਦਾ, ਉਹ ਵੇਲਾ ਆਉਂਦਾ ਨੇੜੇ ਅਤੇ ਤਾਂ ਮੁਰਗਾ ਬਾਂਗ ਦਿੰਦਾ। ਪਰ ਕਿਹੜਾ ਸਮਝਾਏ ਮਾਈ ਨੂੰ, ਉਹ ਗੁੱਸੇ ਹੋ ਗਈ ਪਿੰਡ ਵਾਲਿਆਂ ਨਾਲ ਅਤੇ ਉਹਨੇ ਆਪਣਾ ਮੱਖ ਫੜਿਆ। ਜਦੋਂ ਦੂਰ ਪਿੰਡ ਚਲੀ ਗਈ ਅਤੇ ਮੁਰਗੇ ਨੇ ਬਾਂਗ ਦਿੱਤੀ, ਕਿਉਂਕਿ ਆਮ ਤੜਕੇ ਅੰਮ੍ਰਿਤ ਵੇਲੇ ਮੁਰਗੇ ਬਾਂਗ ਦਿੰਦੇ ਆ, ਪਹਿਲੇ ਸਮੇਂ 'ਚ ਘੜੀਆਂ ਨਹੀਂ ਸੀ ਹੁੰਦੀਆਂ ਅਤੇ ਲੋਕ ਤਾਰਿਆਂ ਦੇ ਹਿਸਾਬ ਦੇ ਨਾਲ ਉੱਠਦੇ, ਜਾਂ ਕਹਿਣਾ ਮੁਰਗੇ ਦੀ ਪਹਿਲੀ ਬਾਂਗ ਨਾਲ ਉੱਠਣਾ। ਭਾਈ ਪਹਿਲੀ ਬਾਂਗ ਉਹਨੇ 2:30 ਵਜੇ ਦੇਣੀ। ਇਹ ਮਾਈ ਜਦੋਂ ਦੂਸਰੇ ਪਿੰਡ ਚਲੀ ਗਈ ਅਤੇ ਹੁਣ ਬਾਂਗ ਦੇਣੀ ਸੀ ਮੁਰਗੇ ਨੇ, ਸੂਰਜ ਚੜ੍ਹਨਾ ਸੀ, ਪਰ ਉਹਨੂੰ ਐਂ ਲੱਗਾ ਵੀ ਜਿਵੇਂ ਇੱਥੇ ਸੂਰਜ ਚੜ੍ਹਿਆ, ਕਹਿੰਦੀ ਹੁਣ ਉਹ ਲੋਕ ਰੋਂਦੇ ਹੋਣਗੇ, ਮੇਰੇ ਮੁਰਗੇ ਨੇ ਇੱਥੇ ਸੂਰਜ ਚੜ੍ਹਾ ਦਿੱਤਾ ਹੈ, ਉਹ ਲੋਕ ਹੁਣ ਹਨੇਰੇ 'ਚ ਰੋਂਦੇ ਹੋਣਗੇ, ਮੇਰੇ ਨਾਲ ਲੜੇ ਨੇ। ਹੁਣ ਕਿਹੜਾ ਕਮਲੀ ਨੂੰ ਸਮਝਾਵੇ। ਹੁਣ ਇਹ ਜਿਹੜੀ ਨੌਂ ਆਈ ਸੀ, ਇਹ ਵਹਿੰਦੀ ਕਮਲਿਆਂ ਦਾ ਟੱਬਰ ਹੈ, ਇਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਇਹਦੇ ਗਲ ਪੈ ਕੇ ਕਹਿੰਦੇ ਸਾਡੇ ਵੱਡਿਆਂ ਤੋਂ ਤੁਰਿਆ ਹੁੰਦਾ, ਤੂੰ ਕੀ ਹੈ, ਅਸੀਂ ਸਾਰੀ ਡਾਰ ਹਨੇਰਾ ਢੋ ਢੋ ਕੇ ਥੱਕ ਜਾਂਦੇ ਹਾਂ ਅਤੇ ਫਿਰ ਦਿਨੇ ਆਰਾਮ ਕਰਨੇ ਹਾਂ। ਉਹਨੇ ਕਿਹਾ ਵੀ ਇਹਨੂੰ ਉਸੇ ਢੰਗ ਨਾਲ ਸਮਝਾਈਏ। ਕਹਿਣ ਲੱਗੀ ਵੀ ਮੈਂ ਤੁਹਾਡੇ ਸਾਰਿਆਂ ਨੇ ਇੱਕ ਗੱਲ ਕਰਨੀ ਹੈ ਕਿ ਮੇਰੇ ਕੋਲ ਇਹੋ ਜਿਹੀ ਕਲਾ ਹੈ, ਇੰਨੀ ਤਾਕਤ ਹੈ ਵੀ ਮੈਂ ਇਕੱਲੀ ਹਨੇਰਾ ਢੋ ਦਿਆਂਗੀ। ਤੁਸੀਂ ਇਉਂ ਕਰੋ ਵੀ ਰਾਤ ਹੈ ਸਾਰੇ ਸੌਂ ਜਾਓ, ਦਿਨੇ ਕੰਮ ਕਰਿਓ। ਕਹਿੰਦੇ ਇਹ ਨਾ ਹੋਵੇ ਵੀ ਰਾਤ ਹੀ ਪਈ ਰਹੇ। ਕਹਿੰਦੇ ਨਹੀਂ, ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਹਨੇਰਾ ਇਕੱਲੀ ਢੋ ਸਕਦੀ ਹਾਂ। ਉਹਨਾਂ ਕਿਹਾ ਵੀ ਠੀਕ ਹੈ ਭਾਈ, ਇਹਦੇ ਕੋਈ ਪਿਓ ਨੇ ਇਹਨੂੰ ਦੱਸਿਆ ਹੋਣਾ ਕੋਈ ਮੰਤਰ, ਅਤੇ ਇਹ ਸਾਰਾ ਟੱਬਰ ਸੌਂ ਗਿਆ ਅਤੇ ਦਿਨ ਚੜ੍ਹ ਗਿਆ। ਕਹਿਣ ਲੱਗੇ ਭਾਈ ਨੌਂ ਕਰਮਾਂ ਵਾਲੀ ਆਈ ਹੈ ਬੱਲੇ, ਇਹ ਸਾਰਾ ਹੀ ਹਨੇਰਾ ਇਕੱਲੇ ਹੀ ਢੋ ਦਿੱਤੀ ਹੈ। ਆਹ ਹਾਲ ਮਨੁੱਖ ਦਾ ਹੈ, ਇਹ ਬੜੇ ਹੀ ਕੰਮ ਕਰਦਾ। ਕਹਿੰਦਾ ਮੈਂ ਬੜਾ ਹੀ ਕਰ ਲਿਆ, ਆਹ ਕਰ ਲਿਆ, ਆਹ ਕਰ ਲਿਆ, ਆਹ ਕਰ ਲਿਆ, ਪਰ ਹੈ ਹਨੇਰਾ ਢੋਣ ਵਾਲੀ ਗੱਲ ਕੁਛ ਨਹੀਂ। ਅਖੀਰ 'ਤੇ ਕੀ ਹੁੰਦਾ, ਉਹ ਜਿਹੜਾ ਕੀਤਾ ਸੀ ਬਣਿਆ ਬਣਾਇਆ ਸੀ, ਕੋਈ ਨਾਲ ਗਿਆ ਕੁਛ ਨਹੀਂ, ਪੱਲੇ ਪਛਤਾਵਾ। ਜਦੋਂ ਸੰਸਾਰ 'ਤੇ ਆਉਂਦਾ, ਆਮ ਤੁਸੀਂ ਦੇਖੋ ਜਿਹੜਾ ਬੱਚਾ ਹੈ ਨਾ, ਉਹਦੇ ਹੱਥ ਉਹਦੀਆਂ ਅੰਗੂਠੀਆਂ ਮੀਟੀਆਂ ਹੁੰਦੀਆਂ ਬੱਚੇ ਦੀਆਂ। ਜਦੋਂ ਸੰਸਾਰ ਤੋਂ ਜਾਂਦਾ ਉਦੋਂ ਹੱਥ ਇਸ ਤਰ੍ਹਾਂ ਹੁੰਦੇ ਆ, ਫਿਰ ਵੀ ਸਮਝ ਨਹੀਂ ਆਉਂਦੀ ਆਇਆ ਲਿਆ, ਪਰ ਜਦੋਂ ਜਾਣਾ ਉਦੋਂ ਸਰੀਰ ਵੀ ਨਾਲ ਨਹੀਂ ਜਾਣਾ, ਇੱਥੇ ਹੀ ਰਾਖ ਬਣ ਜਾਣਾ। ਸੋ ਜਾਣਾ ਕਿਸੇ ਵਿਰਲੇ ਨੂੰ ਜਾ ਹੈ ਸਾਰ, ਨਹੀਂ ਤਾਂ ਖਪ ਕੇ ਭੁੱਲਿਆ ਹੋਇਆ। ਮਾਰ ਕਹਿੰਦੇ ਸਹਿ ਸਖਟੇ ਲੱਕੋਠ ਧਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨੰਗ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਾਂਦਰ ਮੱਕੀ ਦੇ ਖੇਤ ਵਿੱਚ ਆ ਜਾਂਦਾ, ਬੜਾ ਖੁਸ਼ ਹੁੰਦਾ,
ਆ ਜਿਹੜੇ ਕਿਸਾਨ ਮੱਕੀ ਦੀ ਫਸਲ ਕਰਦੇ ਉਹਨਾਂ ਨੂੰ ਪਤਾ ਹੈ ਜਦ ਬਾਂਦਰ ਮੱਕੀ ਦੇ ਖੇਤ ਵਿੱਚ ਆਏਗਾ ਉਹ ਸੋਚਦਾ ਵੀ ਇਹ ਮੱਕੀ ਦੇ ਜਿਹੜੇ ਪੇੜ ਨੇ ਟਾਂਡੇ ਨੇ ਇਹਨਾਂ ਨਾਲ ਜਿਹੜੀਆਂ ਛੱਲੀਆਂ ਲੱਗੀਆਂ ਨੇ ਇਹ ਮੈਂ ਜਾਣੀਆਂ ਇਸ ਇਲਾਕੇ ਵਿੱਚ ਕੁਕੜੀਆਂ ਕਹਿੰਦੇ ਹੈ ਆਮ ਛੱਲੀਆਂ ਕਹਿੰਦੇ ਇੱਕ ਛੱਲੀ ਤੋੜ ਕੇ ਬਾਂਦਰ ਆਪਣੀ ਕੱਛ ਵਿੱਚ ਜੀ ਤੋੜ ਕੇ ਕੱਛ ਵਿੱਚ ਦੇਣ ਲੱਗਦਾ ਪਹਿਲੀ ਡਿੱਗ ਪੈਂਦੀ ਹੈ ਪਰ ਇਹ ਮਨ ਵਿੱਚ ਸੋਚਦਾ ਮੇਰੇ ਕੋਲ ਦੋ ਹੋ ਗਈਆਂ ਤੀਜੀ ਤੋੜ ਕੇ ਕੱਛ ਵਿੱਚ ਦਿੰਦਾ ਦੂਸਰੀ ਡਿੱਗ ਪੈਂਦੀ ਹੈ ਗਾਂਹ ਤੁਰਿਆ ਜਾਂਦਾ ਹੈ ਤੋੜੀ ਜਾਂਦਾ ਹੈ ਇੱਕ ਪਾਸੇ ਡਿੱਗਦੀਆਂ ਜਾਂਦੀਆਂ ਰਹਿੰਦੀ ਇੱਕੋ ਹੀ ਕੋਲ ਹੈ ਆਹੀ ਹਾਲ ਮਨੁੱਖ ਦਾ ਇਹ ਕਹਿੰਦੇ ਆ ਮੇਰਾ ਆ ਮੇਰਾ ਆ ਮੇਰਾ ਆ ਮੇਰੇ ਨਾਂ ਹੈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਹੈ ਫਰੀਦਾ ਜਿਤ ਆਸਨ ਹਮ ਵੈਸੇ ਕੇਤੇ ਬੈਸ ਗਏ ਕਹਿੰਦੇ ਜਿੱਥੇ ਅਸੀਂ ਬੈਠੇ ਹਾਂ ਨਾ ਆਪ ਤੁਸੀਂ ਦੇਖੋ ਕਿਸੇ ਨੂੰ ਪੁੱਛੋ ਕਹੇਗਾ ਮੇਰੀ ਜ਼ਮੀਨ ਪੱਕੀ ਹੈ ਮੇਰਾ ਘਰ ਹੈ ਮੇਰੇ ਨਾਂ ਹੈ ਆ ਮੇਰਾ ਮੇਰਾ ਹੈ ਮੇਰੇ ਸਾਹਿਬ ਕਹਿੰਦੇ ਪਤਾ ਨਹੀਂ ਇੱਥੇ ਮੇਰਾ ਮੇਰਾ ਕਰਨ ਵਾਲੇ ਮੇਰੀ ਮੇਰੀ ਕਰਨ ਵਾਲੇ ਕਿੰਨੇ ਕਾਜ 'ਤੇ ਚਲੇ ਗਏ ਕਿੰਨੇ ਕੁ ਚਲੇ ਗਏ ਜਦੋਂ ਕਰਨ ਦਾ ਅੰਤ ਸਮਾਂ ਆਇਆ ਮਹਾਂਭਾਰਤ ਦੇ ਯੁੱਧ ਵਿੱਚ ਬੜਾ ਸੂਰਮਾ ਸੀ ਬੜਾ ਦਾਨੀ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਕਰਨ ਮੰਗ ਜੋ ਮੰਗਣਾ ਇੱਥੋਂ ਤੱਕ ਵੀ ਕਿਹਾ ਕਿ ਅੱਜ ਦਾਨ ਦਾ ਸੂਝ ਡੁੱਬ ਗਿਆ ਵੀ ਭਾਵ ਦਾਨੀ ਬੜਾ ਸੀ ਉਸ ਵੇਲੇ ਦਾ ਦੁਨੀਆਂ ਦੇ ਵਿੱਚ ਸਭ ਤੋਂ ਦਾਨੀ ਵੱਡੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਨੇ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਪੁੱਤਰਾਂ ਦੇ ਦਾਨੀ ਹੋਰ ਨਹੀਂ ਕਿ ਹੋਇਆ ਰਾਜ ਭਾਗ ਦਾਨ ਕਰਨ ਵਾਲੇ ਸੋਨਾ ਦਾਨ ਕਰਨ ਵਾਲੇ ਜ਼ਮੀਨ ਦਾਨ ਕਰਨ ਵਾਲੇ ਧਨ ਦਾਨ ਕਰਨ ਵਾਲੇ ਬਥੇਰੇ ਹੋਏ ਨੇ ਉਹਨਾਂ ਦੇ ਵਿੱਚੋਂ ਕਰਨ ਵੀ ਇੱਕ ਵੱਡਾ ਦਾਨੀ ਸੀ ਜਦ ਇਹ ਜ਼ਖਮੀ ਹੋ ਕੇ ਡਿੱਗ ਪਿਆ ਅਤੇ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਭਈ ਦਾਨ ਕਰ ਹੁਣ ਕਹਿੰਦੇ ਮੇਰੇ ਕੋਲ ਕੁਛ ਹੈ ਨਹੀਂ ਕਹਿੰਦੇ ਤੇਰਾ ਦੰਦ ਸੋਨੇ ਦਾ ਇਹਨੇ ਪੱਥਰ ਨਾਲ ਆਪਣਾ ਦੰਦ ਭੰਨ ਕੇ ਰਿੜ ਕੇ ਪੱਥਰ ਲਿਆ ਪੱਥਰ ਨਾਲ ਦੰਦ ਤੋੜ ਕੇ ਦਿੱਤਾ ਕਹਿੰਦੇ ਜੂਠਾ ਹੈ ਖੈਰ ਰੋਹ ਵਿੱਚ ਆ ਗਿਆ ਤੀਰ ਮਾਰਿਆ ਪਾਣੀ ਕੱਢਿਆ ਕਹਿੰਦਾ ਲਓ ਹੁਣ ਤਾਂ ਨਹੀਂ ਜੂਠਾ ਐਸਾ ਵੀ ਹੈ ਪਰ ਸਾਡਾ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਮੰਗ ਤੇਰੀ ਕੋਈ ਆਖੀ ਜਾਂ ਕੋਈ ਆ ਕਰਨ ਕਹਿਣ ਲੱਗਾ ਭਗਵਾਨ ਮੇਰਾ ਉੱਥੇ ਸੰਸਕਾਰ ਕਰਿਓ ਜਿੱਥੇ ਕਰਨ ਅੱਜ ਤੱਕ ਨਾ ਜੰਮਿਆ ਹੋਵੇ ਅਤੇ ਨਾ ਮਰਿਆ ਹੋਵੇ ਜਿਸ ਵੇਲੇ ਇਹ ਬੇਨਤੀ ਕੀਤੀ ਭਗਵਾਨ ਸ਼੍ਰੀ ਕ੍ਰਿਸ਼ਨ ਧਰਤੀ ਨੂੰ ਪੁੱਛਦੇ ਨੇ ਆਵਾਜ਼ ਆਉਂਦੀ ਇੱਥੇ ਕਈ ਕਰਨ ਜੰਮੇ ਅਤੇ ਕਈ ਮਰੇ ਅਖੀਰ ਇੱਕ ਜਗ੍ਹਾ ਥੋੜ੍ਹੀ ਜਿਹੀ ਮਿਲੀ ਜਿੱਥੇ ਸੰਸਕਾਰ ਕਰਨ ਦਾ ਕੀਤਾ ਚਿਤ ਆਸਮ ਵੈਸੇ ਕਹਿੰਦੇ ਪਤਾ ਨਹੀਂ ਕਿੰਨੇ ਕੁ ਮਾਲਕ ਬਣ ਗਏ ਕਿੰਨੇ ਕੁ ਆਏ ਅਤੇ ਕਿੰਨੇ ਕੁ ਚਲੇ ਗਏ ਕਿਉਂਕਿ ਇਹ ਜਿਹੜਾ ਸੰਸਾਰ ਹੈ ਇਹ ਮੁਸਾਫਰ ਖਾਨਾ ਹੈ ਇਹ ਜਗਤ ਮੁਸਾਫਰ ਖਾਨਾ ਇਹ ਜਗਤ ਮੁਸਾਫਰ ਖਾਨਾ ਜਾਣਾ
ਕਰਕੇ ਕਿਸੇ ਨਹੀਂ ਰਹਿਣਾ ਸਭ ਨੇ ਜਾਣਾ ਚਾਹੇ ਇਹਨੂੰ ਕੋਈ ਯਾਦ ਰੱਖੇ ਜਾਂ ਨਾ ਰੱਖੇ ਇੱਕ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ ਇੱਕ ਹੋਣੀ ਹੁੰਦੀ ਇੱਕ ਅਣਹੋਣੀ ਹੁੰਦੀ ਹੋਣੀ ਦਾ ਮਤਲਬ ਇਹ ਹੋ ਕੇ ਹੀ ਰਹਿਣੀ ਇੱਕ ਦਿਨ ਸਮਾਂ ਆਉਣੇ ਆਉਣਾ ਚਾਹੇ ਮੰਨੋ ਚਾਹੇ ਨਾ ਮੰਨੋ ਚਾਹੇ ਯਾਦ ਰੱਖੋ ਚਾਹੇ ਨਾ ਰੱਖੋ ਉਹ ਸਮਾਂ ਆਉਣਾ ਹੁਣ ਜਿਹੜੇ ਯਾਦ ਰੱਖਦੇ ਨੇ ਉਹ ਫਿਰ ਤਿਆਰੀ ਕਰ ਲੈਂਦੇ ਆ ਪਿਆਰੇ ਉਹਨਾਂ ਨੂੰ ਪਛਤਾਵਾ ਨਹੀਂ ਕਰਨਾ ਪੈਂਦਾ ਉਹ ਫਿਰ ਆਪਣਾ ਜਨਮ ਸਵਾਰਦੇ ਹੈ ਅੱਗਾ ਸਵਾਰਦੇ ਹੈ ਤਾਂ ਹੀ ਮੇਰੇ ਸਾਹਿਬ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਇੱਥੇ ਸੇਵਾ ਕਰੋ ਸੰਤ ਟਹਿਲ ਕੀ ਬੇਲਾ ਗੁਰੂ ਦੀ ਸੇਵਾ ਦਾ ਸਮਾਂ ਹੈ ਅਤੇ ਨਾਲ ਸਿਮਰਨ ਕਰੋ ਜਦੋਂ ਸੇਵਾ ਕਰੋਗੇ ਸਿਮਰਨ ਕਰੋਗੇ ਆਹ ਜਿਹੜਾ ਸਰੀਰ ਹੈ ਨਾ ਇਹ ਇੱਥੇ ਰਾਖ ਬਣਦਾ ਹੁਣ ਅਸੀਂ ਜਦੋਂ ਪੜ੍ਹਦੇ ਹਾਂ ਨੰਗਾ ਦੋਜਕ ਚਾਲਿਆ ਤਾਂ ਦਿਸ਼ਾ ਖਰਾ ਡਰਾਵਣਾ ਕੱਪੜ ਰੂਹ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਜ ਭੀੜਾ ਅੱਗੇ ਜਾਵਣਾ ਨੰਗਾ ਦੋਜਕ ਚਾਲ ਤਾਂ ਦਿਸ਼ਾ ਖਰਾ ਡਰਾਵਣਾ ਘਰ ਔਗਣ ਪੁੱਛੋ ਤਾਂ ਜਾਣਾ ਕਿੰਨੇ ਹੈ ਜਿਹੜਾ ਸਰੀਰ ਦੇ ਵਿੱਚ ਰਹਿਣ ਵਾਲਾ ਹੈ ਨਾ ਇਹ ਅੱਗੇ ਜਾਂਦਾ ਹੈ ਅਤੇ ਜੇ ਮਾੜੇ ਕਰਮ ਕੀਤੇ ਆ ਤਾਂ ਇਹਦੀ ਬੜੀ ਸ਼ਕਲ ਭਿਆਨਕ ਹੁੰਦੀ ਹੈ ਅਤੇ ਜਿਹੜੇ ਨਾਮ ਜਪਣ ਵਾਲੇ ਹੈ ਉਹ ਕਿਹੜੇ ਕੱਪੜੇ ਮਿਲਦੇ ਹੈ ਆਹ ਕੱਪੜੇ ਨਹੀਂ ਸਿਫਤ ਸਲਾਹ ਦੇ ਕੱਪੜੇ ਪਿਆਰੇ ਸਿਫਤ ਸਲਾਹ ਦੇ ਕੱਪੜੇ ਆਹ ਕੱਪੜੇ ਨਹੀਂ ਉੱਥੇ ਜਾਂਦੇ ਆਹ ਵਸਤਰ ਆ ਕੱਪੜੇ ਤਾਂ ਇੱਥੇ ਹੀ ਰਾਖ ਬਣ ਜਾਂਦੇ ਸੀ ਰਾਖ ਨਾ ਇਹ ਸਰੀਰ ਜਾਂਦਾ ਨਾ ਇਹ ਕੱਪੜੇ ਜਾਂਦੇ ਜਾਂਦਾ ਹੈ ਸਰੀਰ ਦੇ ਵਿੱਚ ਰਹਿਣ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਬਾਰ ਬਾਰ ਸਾਨੂੰ ਸਮਝਾਉਂਦੇ ਜਿਵੇਂ ਪੁੱਛੇ ਸਮਾਨ ਫਰੀਦਾ ਖੇਵਟ ਕਿਨ ਗਏ ਜਲ ਰੰਗੋਰਾ ਨਾਲ ਉਲਾਮੇ ਜੀ ਸਹੇ ਇਹ ਜੀ ਜਿਹੜਾ ਰਹਿਣ ਵਾਲਾ ਹੈ ਵੈਤਾ ਸਥੂਲ ਸਰੀਰ ਹੈ ਆਤਮਾ ਤਿੰਨਾਂ ਸਰੀਰਾਂ ਤੋਂ ਪਰੇ ਹੈ ਵਾਲੀ ਚਲੋ ਇੰਨੀ ਵੀ ਸਮਝ ਆ ਜਾਓ ਬੜੀ ਗੱਲ ਸਰੀਰ ਨਾਸ਼ਵੰਤ ਹੈ ਰਹਿਣ ਵਾਲਾ ਨਾਸ਼ਵੰਤ ਨਹੀਂ ਹੁਣ ਜਦੋਂ ਇਹਨੇ ਜਾਣਾ ਹੈ ਨਾ ਇਹਦੇ ਤੇ ਦੇ ਕਰਮਾਂ ਦੇ ਠੱਪੇ ਲੱਗੇ ਹੋਣੇ ਜਿਹੋ ਜਿਹੇ ਕੀਤੇ ਹੈ ਇੱਕ ਤਾਂ ਦੀਆਂ ਭਿਆਨਕ ਸ਼ਕਲਾਂ ਇੱਕ ਦੀਆਂ ਸੋਹਣੀਆਂ ਸੂਰਤਾਂ ਜਿਹੜੇ ਸੇਵਾ ਕਰਦੇ ਹੈ ਸਿਮਰਨ ਕਰਦੇ ਹੈ ਹੁਣ ਇੱਕ ਪਾਸੇ ਤਾਂ ਨੰਗਾ ਦੋਚਕ ਚੱਲਿਆ ਪਰ ਉਹ ਨਹੀਂ ਉਹ ਨਗਨ ਨਹੀਂ ਉਹਨਾਂ ਦੇ ਦੁਆਲੇ ਸ਼ਿਵ ਸਲਾਹ ਦੇ ਕੱਪੜੇ ਹੈ ਜਿਹੜੇ ਗੁਰਮੁਖ ਨੇ ਅਤੇ ਮਹਾਰੇ ਕਹਿੰਦੇ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ
ਬੋਧ ਕਟੈ ਦਿਰਸ ਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ। ਇੱਥੇ ਵੀ ਸਾਹਿਬ ਸਾਨੂੰ ਕਹਿੰਦੇ ਭਾਈ ਔਧ ਜ਼ਿੰਦਗੀ ਉਮਰ ਦਿਨ ਰਾਤ ਘੱਟ ਰਹੀ ਹੈ, ਇਹ ਸਵਾਸਾ ਰੂਪੀ ਦੁਤਾਰਾ ਆਰਾ ਸਾਡੀ ਜ਼ਿੰਦਗੀ ਦੀ ਡੋਰ ਨੂੰ ਦਿਨ ਰਾਤ ਘੱਟ ਰਿਹਾ ਹੈ। ਜੇ ਆਪਾਂ ਸੁੱਤੇ ਹਾਂ ਨਾ, ਉਸ ਵੇਲੇ ਵੀ ਜ਼ਿੰਦਗੀ ਦੀ ਡੋਰ ਕੱਟੀ ਜਾ ਰਹੀ ਹੈ, ਸਵਾਸ ਦੁਤਾਰਾ ਆਰਾ ਹੈ, ਜਾਂਦਿਆਂ ਵੀ ਵਾਪਸ ਆਉਂਦਿਆਂ ਵੀ ਕੱਟ ਰਿਹਾ। ਔਧ ਕੱਟੈ ਦਿਨਸ ਰਹਿਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹੋ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਰ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਸੇਵਾ ਕਰੋ ਅਤੇ ਸਿਮਰਨ ਕਰੋ। ਜਦੋਂ ਸੇਵਾ ਅਤੇ ਸਿਮਰਨ ਕਰੋਗੇ ਇਹ ਨਾਮ ਰੂਪੀ ਲਾਹਾ ਸੇਵਾ ਅਤੇ ਸਿਮਰਨ ਦਾ ਲਾਹਾ ਖੱਟ ਕੇ ਸੰਸਾਰ ਤੋਂ ਜਾਓਗੇ ਇਹੋ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਪੰਚਮ ਪਾਤਸ਼ਾਹ ਕਹਿੰਦੇ ਪਿਆਰਿਓ ਜਿੱਥੇ ਤੁਸੀਂ ਸੰਸਾਰ ਵਿੱਚ ਵਿਚਰਨ ਵਾਸਤੇ ਚਾਰ ਗੁਣ ਧਾਰਨ ਕਰਨੇ ਨੇ ਕਰੁਣਾ ਹੈ ਮੈਤਰੀ ਹੈ ਮੁਦਤਾ ਹੈ ਉਪੇਖਿਆ ਹੈ ਉੱਥੇ ਤੁਸੀਂ ਸੇਵਾ ਕਰੋ ਅਤੇ ਕਰਤਾਰ ਭਾਵ ਪਰਮੇਸ਼ਰ ਨੂੰ ਯਾਦ ਰੱਖੋ ਦਾ ਸਿਮਰਨ ਕਰੋ। ਜਦੋਂ ਤੁਸੀਂ ਸੇਵਾ ਅਤੇ ਸਿਮਰਨ ਕਰੋਗੇ ਸਹਿਜ ਨਾਲ ਹੀ ਤੁਹਾਡਾ ਜੀਵਨ ਸਫਲ ਹੋ ਜਾਏਗਾ। ਸੋ ਭਾਗਾਂ ਵਾਲੇ ਨੇ ਇੱਕ ਪਾਸੇ ਸੰਸਾਰ ਭੁੱਲਿਆ ਹੋਇਆ, ਇੱਕ ਪਾਸੇ ਜਿਹੜੇ ਗੁਰਮੁਖ ਨੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜਾਣਾ ਵੀ ਯਾਦ ਹੈ ਉਹਨਾਂ ਨੂੰ ਵਾਹਿਗੁਰੂ ਵੀ ਯਾਦ ਹੈ। ਅਰਦਾਸ ਕਰੀਏ ਤਦ ਗੁਰੂ ਗ੍ਰੰਥ ਸਾਹਿਬ ਵਰਗੇ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ। ਬੜੀਆਂ ਭੁੱਲ ਭੁਲਾਈਆਂ ਨੇ ਸੰਸਾਰ ਦੇ ਅੰਦਰ, ਪੈਰ ਪੈਰ 'ਤੇ ਤਿਲਕਣ ਬਾਜੀ ਹੈ, ਸਵਾਸ ਸਵਾਸ 'ਤੇ ਮਨ ਡੋਲ ਰਿਹਾ ਹੈ। ਆਪ ਜੀ ਕਿਰਪਾ ਕਰੋ ਇਹ ਸਾਡੇ ਸਵਾਸ ਲੇਖੇ ਵਿੱਚ ਲੱਗ ਜਾਣ। ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਾਇਓ ਦਰਸ਼ਨ ਦੇਖੇ। ਆਓ ਹੁਣ ਸਾਰੇ ਮਾਈ ਭਾਈ ਅਨੰਦ ਸਾਹਿਬ ਵਿੱਚ ਗੁਰਸੂਤ ਵਿੱਚ ਬੋਲੋ, ਉਸਦੇ ਨਾਲ ਹੀ ਕੁਛ ਜ਼ਰੂਰੀ ਬੇਨਤੀਆਂ ਹਨ ਉਹ ਆਪ ਜੀ ਨੇ ਫਿਰ ਸਰਵਣ ਕਰਨੀਆਂ। ਸਾਰਿਆਂ ਨੇ ਬੈਠੇ ਰਹਿਣਾ, ਉੱਠਣਾ ਨਹੀਂ ਕਿਸੇ ਨੇ ਵੀ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਪਾਇਆ ਸਰ ਸਿੱਧ ਮੰਗਿਆ ਵਾਲਾ
ਸਮਾਗਮ ਅਮਰ ਸੰਚਾਰ ਪਰਸੋਂ ਨਹੀਂ ਹੋਵੇਗਾ ਅਮਰ ਸੰਚਾਰ 17 ਜੂਨ ਨੂੰ ਜੋ ਮਹਾਂਪੁਰਸ਼ਾਂ ਦਾ ਪਵਿੱਤਰ ਜਨਮ ਦਿਹਾੜਾ ਮਨਾਉਣਾ ਉਸ ਦਿਨ ਭਾਰੀ ਅਮਰ ਸੰਚਾਰ ਹੋਵੇਗਾ ਔਰ ਇਸ ਦੇ ਨਾਲ ਕੁਝ ਜ਼ਰੂਰੀ ਬੇਨਤੀਆਂ ਭਾਈ ਗੁਰਮਤਿ ਸਿੰਘ ਜੀ ਬਡੇੜੀ ਵਾਲੇ ਉਹਨਾਂ ਦੇ ਘਰੋਂ ਬੀਬੀ ਜੀ ਬੀਬੀ ਸਤਵੰਤ ਕੌਰ ਤੁਸੀਂ ਸਾਰੇ ਜਾਣਦੇ ਹੋ ਕੁਛ ਸਮੇਂ ਤੋਂ ਸਰੀਰ ਕਰਕੇ ਢਿੱਲੇ ਚੱਲ ਰਹੇ ਸਨ ਅੱਜ ਸਵੇਰੇ 6:12 'ਤੇ ਉਹ ਚੜ੍ਹਾਈ ਕਰ ਗਏ ਨੇ ਬਹੁਤ ਦੇਰ ਤੋਂ ਜਿਸ ਵੇਲੇ ਤੋਂ ਪਿਆਰੇ ਮਹਾਂਪੁਰਸ਼ਾਂ ਨੇ ਇੱਥੇ ਚੰਡੀਗੜ੍ਹ ਆ ਕੇ ਇਲਾਕੇ ਵਿੱਚ ਕੀਰਤਨ ਆਰੰਭ ਕੀਤੇ ਉਸ ਵੇਲੇ ਤੋਂ ਹੀ ਉਹ ਸਤਸੰਗ ਜੁੜੇ ਹੋਏ ਸੀ
ਭਾਵੇਂ ਸਰੀਰ ਦੀ ਹਾਲਤ ਕਿਸ ਤਰ੍ਹਾਂ ਦੀ ਸੀ, ਹਰ ਐਤਵਾਰ ਨੂੰ ਇੱਥੇ ਆਉਂਦੇ, ਪਿੱਛੇ ਬੈਠ ਜਾਂਦੇ, ਵੀ ਔਖਾ ਸੀ, ਬੈਠਣਾ ਵੀ ਔਖਾ ਸੀ, ਪਰ ਉਹਨਾਂ ਦੇ ਮਨ ਵਿੱਚ ਐਸਾ ਗੁਰੂ ਦਾ ਪਿਆਰ ਕਿ ਮੈਂ ਅੰਤ ਸਮੇਂ ਤੱਕ ਸਤਸੰਗ ਨਾਲ ਜੁੜੀ ਰਹਾਂ। ਹੁਣ ਲਗਾਤਾਰ ਫੋਟੀ ਹਸਪਤਾਲ ਰਹੇ ਅਤੇ ਅੱਜ ਸਵੇਰੇ ਉਹ ਚੜ੍ਹਾਈ ਕਰ ਗਏ ਨੇ। ਆਪ ਜੀ ਸਾਰੇ ਜਾਣਦੇ ਉਸ ਪਰਿਵਾਰ ਦੀ, ਭਾਈ ਗੁਰਮਤ ਸਿੰਘ ਜੀ ਦੀ ਬਹੁਤ ਸੇਵਾ ਹੈ ਇਸ ਮਿਸ਼ਨ ਦੇ ਅੰਦਰ, ਰਿਸ਼ ਦੇ ਅੰਦਰ ਮਹਾਂਪੁਰਸ਼ਾਂ ਦੇ ਸਮੇਂ ਤੋਂ ਲਗਾਤਾਰ ਉਸ ਸੇਵਾ 'ਚ ਜੁੜੇ ਹੋਏ। ਬੀਬੀ ਸਤਿੰਦਰ ਕੌਰ ਜੀ ਦਾ ਸੰਸਕਾਰ ਜਿਹੜਾ ਹੈ ਉਹ ਅੱਜ ਹੀ ਸ਼ਾਮ ਨੂੰ 5:25 ਕਰੀਬ ਉਹਨਾਂ ਨੇ 4:15 ਬਰੇੜੀ ਘਰ ਤੋਂ ਚੱਲਣਾ। 3 ਵਜੇ ਨਾਲ ਉਹਨਾਂ ਦਾ ਸਰੀਰ ਕਰ ਲਿਆ ਕਿ ਇਸ਼ਨਾਨ ਕਰਾ ਕੇ ਅਰਦਾਸ ਕਰਕੇ ਉੱਥੋਂ ਗੱਡੀਆਂ ਚੱਲਣੀਆਂ ਨੇ ਅਤੇ 25 ਸੈਕਟਰ ਸ਼ਮਸ਼ਾਨ ਜਿਹੜਾ ਹੈ ਉਹ 5 ਵਜੇ ਹੋਏਗਾ। ਉਸ ਤੋਂ ਬਾਅਦ 40 ਸੈਕਟਰ ਗੁਰਦੁਆਰਾ ਸਾਹਿਬ ਅਲਾਣੀਆਂ ਦੇ ਪਾਠ 'ਤੇ ਅਰਦਾਸ ਹੋਏਗੀ। ਉਹਨਾਂ ਦਾ ਦੁਸਹਿਰਾ 10ਵਾਂ ਜਿਹੜਾ ਹੈ, ਜਿਵੇਂ ਅੱਜ 31 ਤਰੀਕ ਹੈ ਅਤੇ 9 ਤਰੀਕ ਮੰਗਲਵਾਰ ਨੂੰ ਬਣਦਾ ਹੈ। 12 ਵਜੇ ਕੀਰਤਨ, 2 ਵਜੇ ਹੋਏਗੀ। 9 ਜੂਨ ਨੂੰ 40 ਸੈਕਟਰ ਗੁਰਦੁਆਰਾ ਸਾਹਿਬ, ਉਸ ਤੋਂ ਪਹਿਲਾਂ ਵੀ ਇੱਥੇ ਐਤਵਾਰ ਨੂੰ ਬੇਨਤੀ ਕੀਤੀ ਜਾਏਗੀ। ਸੋ ਹੁਣ ਇਸ ਕਰਕੇ ਹੀ ਭੋਗ ਸਮੇਂ ਨਾਲ ਪਾਏ ਹਨ। ਬਹੁਤ ਸਾਰੇ ਪ੍ਰੇਮੀ ਉੱਥੇ ਹਨ ਅੱਜ, ਕਿਉਂਕਿ ਪਰਿਵਾਰ ਰਿਸ਼ਤੇਦਾਰ ਆ ਰਹੇ ਨੇ ਉੱਥੇ, ਲੰਗਰ ਸੰਗਤ ਨੂੰ ਛਕਾਉਣਾ, ਹੋਰ ਤਿਆਰੀ ਕਰਨੀ। ਖਾਸ ਖਾਸ ਪ੍ਰੇਮੀ ਉੱਥੇ ਆਪਣੀ ਜ਼ਿੰਮੇਵਾਰੀ ਡਿਊਟੀ ਵਿੱਚ ਲੱਗੇ ਹੋਏ ਨੇ। ਸੁਦਾਸ ਨੇ ਵੀ ਜਾਣਾ, ਬਹੁਤ ਸਾਰੀ ਸੰਗਤ ਨੇ ਵੀ ਉੱਥੇ ਪਹੁੰਚਣਾ। ਇਸ ਕੇ ਆਪ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀਆਂ ਜੋ ਦੇਗਾਂ ਲੈਣੀਆਂ, ਨਾਲ ਦੇ ਨਾਲ ਲੰਗਰ ਛੱਕ ਕੇ ਉੱਥੇ ਸਮੇਂ ਨਾਲ ਪਹੁੰਚਣਾ। ਕੋਸ਼ਿਸ਼ ਕਰੋ ਕਿ ਉੱਥੇ 4:45-5 ਵਜੇ ਤੱਕ ਉੱਥੇ ਜਿਹੜਾ ਹੈ ਜ਼ਰੂਰੀ ਪਹੁੰਚਿਆ ਜਾਵੇ। 4:45-5 ਵਜੇ 25 ਸੈਕਟਰ ਚੰਡੀਗੜ੍ਹ ਸ਼ਮਸ਼ਾਨ ਘਾਟ ਉਹਦਾ ਸਤਿਕਾਰ ਹੋਏਗਾ। ਜਿਨ੍ਹਾਂ ਨੇ ਪਹਿਲਾਂ ਪਹੁੰਚਣਾ ਉਹ ਪਿੱਛੇ ਘਰ ਪਹੁੰਚ ਸਕਦੇ ਹੈ। ਉੱਥੋਂ ਕਰੀਬ ਉਹਨਾਂ ਨੇ 4:15-4:30 ਉੱਥੋਂ ਘਰ ਤੋਂ ਅਰਦਾਸ ਕਰਕੇ ਚੱਲਣਾ ਹੈ। ਦੂਸਰੀ ਜ਼ਰੂਰੀ ਜਿਹੜੀ ਬੇਨਤੀ ਹੈ ਕਿ 16 ਅਤੇ 17 ਜੂਨ ਦਾ ਜਿਹੜਾ ਪ੍ਰੋਗਰਾਮ ਹੈ, 17 ਜੂਨ ਦਾ ਇਸ ਸਥਾਨ 'ਤੇ ਮਹਾਂਪੁਰਸ਼ਾਂ ਦਾ ਪਵਿੱਤਰ ਜਨਮ ਦਿਹਾੜਾ ਮਨਾਉਣਾ ਹੈ। 16 ਜੂਨ ਨੂੰ ਨਗਰ ਕੀਰਤਨ ਅਨੰਦਪੁਰ ਸਾਹਿਬ, ਜੋ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਉਹ ਪਿਆਰ 'ਚ ਸੰਗਤਾਂ ਰੋਜ਼ ਨਗਰ ਕੀਰਤਨ ਜਾ ਰਹੇ ਨੇ। ਸੰਤ ਸਮਾਜ ਵੱਲੋਂ 16 ਜੂਨ ਨੂੰ ਜਾਏਗਾ। ਕੱਲ੍ਹ ਫਤਿਹਗੜ੍ਹ ਸਾਹਿਬ ਮੀਟਿੰਗ ਸੀ, ਹੋਰ ਵੀ ਮਹਾਂਪੁਰਸ਼ਾਂ ਸਾਰੀਆਂ ਵਿਚਾਰਾਂ ਕਰੀਬ 7 ਵਜੇ ਤੱਕ ਸ਼ਾਮ ਹੋਈਆਂ। ਰਾਜਦਾਸ ਦੇ ਦੁਆਰੀ ਪਹਿਲਾਂ ਰਾਤ ਕੱਲ੍ਹ ਨੂੰ ਆਖਰੀ ਹੈ, ਜੋ ਬਾਹਰਲੇ ਪਾਸੇ ਬਾਈਪਾਸ 'ਤੇ ਸਥਾਨ ਬਣਿਆ 7 ਤੋਂ ਲੈ ਕੇ 11 ਵਜੇ ਤੱਕ ਹੈ। ਉੱਧਰਲੀਆਂ ਸੰਗਤਾਂ ਰਾਤ ਦੇ ਪ੍ਰੋਗਰਾਮ ਜਾ ਸਕਦੀਆਂ। ਇਸ ਕਰਕੇ ਦਾਸ ਨੇ ਫਿਰ ਉੱਥੇ ਮੀਟਿੰਗ ਅਟੈਂਡ ਕਰਕੇ ਉੱਥੇ ਉੱਧਰ ਚਲਾ ਗਿਆ ਸੀ। ਸੋ ਸਾਰੀਆਂ ਵਿਚਾਰਾਂ ਕਰਕੇ ਸੋ ਇਹ ਗੁਰਮਤਾ ਹੋਇਆ ਕਿ ਸੰਗਤ ਬਹੁਤ ਆ ਰਹੀ ਹੈ। ਰਾੜਾ ਸਾਲੇ ਮਹਾਂਪੁਰਸ਼, ਬਾਬਾ ਬਲਜਿੰਦਰ ਸਿੰਘ, ਹੋਰ ਕਿੰਨੇ ਮਹਾਂਪੁਰਸ਼ ਨੇ ਅਤੇ ਉਹ ਸੰਗਤਾਂ ਸਾਰੀਆਂ ਜਿਹੜੀਆਂ ਉੱਧਰਲੀਆਂ ਨੇ ਉਹਨਾਂ ਨੂੰ ਫਿਰ ਇੱਧਰ ਸਮਾਂ ਨਾ ਲੱਗੇ ਜ਼ਿਆਦਾ। ਇਸ ਕਰਕੇ ਜਿਹੜੀ ਮਾਝੇ ਦੀ ਸੰਗਤ ਹੈ, ਇੱਥੇ ਬਹੁਤ ਸਾਰੀਆਂ ਸੰਗਤਾਂ ਨੇ ਇੱਥੇ ਸ਼ਾਮ ਨੂੰ ਰਾਤ 15 ਨੂੰ ਆ ਜਾਣਾ।
ਕੁਝ ਸੰਗਤ ਨੇ ਉੱਥੋਂ ਸਿੱਧਾ ਹੀ ਉੱਥੇ ਰੋਪੜ ਆ ਜਾਣਾ। ਭਾਵ ਜੋ ਪਾਲਕੀ ਸਾਹਿਬ ਚੱਲਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਉਹ ਪੱਠਾ ਸਾਹਿਬ ਰੋਪੜ ਜੋ ਪੱਠਾ ਸਾਹਿਬ ਦਾ ਸਥਾਨ ਹੈ ਉੱਥੋਂ ਚੱਲਣੀ ਹੈ। ਬਾਕੀ ਸਾਰੀਆਂ ਸੰਗਤਾਂ ਨੇ ਜਿਵੇਂ ਰਾੜਾ ਸਾਹਿਬ ਵਾਲੇ ਨੇ, ਹੋਰ ਮਾਲਵੇ ਦੀ ਸੰਗਤ ਹੈ, ਅੱਡ ਅੱਡ ਸੰਗਤ, ਉਹ ਸਾਰਿਆਂ ਨੇ ਉੱਥੇ ਪਹੁੰਚ ਜਾਣਾ। ਜਿਹੜੀ ਫਤਿਹਗੜ੍ਹ ਸਾਹਿਬ ਦੀ ਸੰਗਤ ਹੈ ਉਹਨਾਂ ਪ੍ਰੇਮੀਆਂ ਨੇ ਉੱਥੇ ਗੱਡੀਆਂ ਬੱਸਾਂ ਲੈ ਕੇ ਉੱਥੋਂ ਚੱਲ ਪੈਣਾ। ਆਪਾਂ ਇੱਥੋਂ ਸਾਰਿਆਂ ਨੇ ਰਤਵਾੜਾ ਸਾਹਿਬ ਤੋਂ ਸਵੇਰੇ 16 ਜੂਨ ਨੂੰ ਇੱਥੋਂ 7 ਵਜੇ ਤੁਰਨਾ, 9 ਵਜੇ ਉੱਥੇ ਅਰਦਾਸ ਹੋਣੀ ਹੈ। ਥੋੜ੍ਹਾ ਬਹੁਤ ਸਮਾਂ ਹੋ ਜਾਂਦਾ ਅੱਗੇ ਪਿੱਛੇ ਕਿਉਂਕਿ ਵੱਡਾ ਪ੍ਰੋਗਰਾਮ ਹੈ, ਉਹਦੇ ਵਾਸਤੇ ਜਿਹੜੀ ਹੈ ਉਹ ਕਮੇਟੀ ਸ਼ਾਮ ਬਣਾਈ ਗਈ ਹੈ। ਉੱਥੇ ਵੀ ਇੱਥੋਂ ਦੀ ਕਮੇਟੀ ਅੱਡ ਹੈ, ਇਹਨਾਂ ਨੇ ਆਪਣਾ ਕੰਮ ਕਰਨਾ, ਉਹ ਕਮੇਟੀ ਨੇ ਸਾਰਿਆਂ ਨਾਲ ਤਾਲਮੇਲ ਕਰਨਾ, ਸਾਰਿਆਂ ਮਹਾਂਪੁਰਸ਼ਾਂ ਨਾਲ, ਸਾਰੇ ਜਥੇਬੰਦੀਆਂ ਨਾਲ, ਅਤੇ ਕਿਵੇਂ ਜਥੇ ਜਾਣੇ ਆ, ਕਿਵੇਂ ਸਾਰਾ ਪ੍ਰੋਗਰਾਮ ਉਹਨਾਂ ਨੇ ਜਿਹੜਾ ਹੈ ਉਹ ਰਾਤ ਲਿਖਿਆ, ਜਲਦੀ ਹੀ ਸੰਗਤਾਂ ਦੇ ਸਾਹਮਣੇ ਆ ਜਾਏਗਾ। ਸੋ ਉਹਦੇ ਵਾਸਤੇ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਨੇ ਅਨੰਦਪੁਰ ਸਾਹਿਬ ਜਾ ਕੇ ਨਮਸਕਾਰ ਕਰਨੀ ਹੈ। ਬਹੁਤ ਸਾਰੀਆਂ ਬੱਸਾਂ ਜਿਹੜੀਆਂ ਹਨ ਇੱਥੋਂ ਆਪਣੇ ਦੋਵਾਂ ਸਕੂਲਾਂ ਦੀਆਂ ਬੱਸਾਂ ਇਹ ਨੇ, ਉੱਥੇ ਜਿਹੜੀਆਂ ਬਨੂੜ ਅਤੇ ਰਾਜਪੁਰੇ ਦੇ ਸਕੂਲ ਦੀਆਂ ਬੱਸਾਂ ਹਨ 21-22, ਉਹ ਵੀ ਸਾਰੀਆਂ ਬੱਸਾਂ ਲਾਈਆਂ ਜਾ ਰਹੀਆਂ, ਸੰਗਤਾਂ ਦਿੱਤੀਆਂ ਜਾ ਰਹੀਆਂ ਵੀ ਕਿਹੜੇ ਪਿੰਡ ਕਿਹੜੀ ਬੱਸ ਆ ਜਾਏਗੀ, ਉਹ ਸੰਗਤਾਂ ਉੱਥੋਂ ਲੈ ਕੇ ਆਉਣਗੀਆਂ। ਇੱਥੇ 7 ਵਜੇ ਤੱਕ ਸੰਗਤ ਪਹੁੰਚੇਗੀ, 7 ਵਜੇ ਤੋਂ ਪਹਿਲਾਂ ਪਹਿਲਾਂ ਲੰਗਰ ਪਾਣੀ ਛੱਕ ਕੇ ਸੰਗਤਾਂ 7 ਵਜੇ ਚੱਲ ਪੈਣਗੀਆਂ। ਸੋ ਹੋਰ ਵੀ ਪ੍ਰਾਈਵੇਟ ਬੱਸਾਂ ਇੱਥੇ ਵੀ ਲਾਈਆਂ ਗਈਆਂ ਹਨ, ਕਈਆਂ ਨੇ ਸੇਵਾ ਕੀਤੀ ਇੱਕ ਬੱਸ ਦੀ, ਘਨੌਰ ਫੁਲਕੇ ਵਾਲੇ, ਕੁਛ ਤਾਂ ਬੱਸਾਂ ਉੱਥੋਂ ਸੰਗਤ ਨਾਲ ਭਰ ਕੇ ਲਿਆਉਣਗੇ, ਕੁਛ ਖਾਲੀ ਬੱਸਾਂ ਇੱਥੇ ਪਹੁੰਚਣਗੀਆਂ ਸੰਗਤ ਵਾਸਤੇ। ਸੋ ਇਹ ਸਾਰੇ ਇੰਤਜ਼ਾਮ ਜਿਹੜੇ ਨੇ ਹੁਣ ਤੋਂ ਜਿਹੜੇ ਨੇ ਸ਼ੁਰੂ ਹੋਣੇ ਹੈ। ਆਪ ਜੀ ਵੱਧ ਤੋਂ ਵੱਧ ਲਿਸਟਾਂ ਦਿਓ ਆਪਣੇ ਆਪਣੇ ਨਾਲ ਜਿਹੜੀ ਸੰਗਤ ਹੈ, ਚਾਹੇ ਬੀਬੀਆਂ ਭਾਈ ਵੀ ਆਹ ਸੰਗਤ ਜਾਣੀ ਹੈ, ਉਹਦੇ ਵਾਸਤੇ ਸਾਰਾ ਹੀ ਜਿਨ੍ਹਾਂ ਕੋਲ ਆਪਣੀਆਂ ਸਵਾਰੀਆਂ ਹਨ ਆਪਣੀਆਂ ਕਾਰਾਂ 'ਤੇ ਜਾਣਾ, ਤੁਹਾਡੇ ਕੋਲ ਡਰਾਈਵਰ ਨੇ, ਕਾਰਾਂ ਨੇ, ਤੁਸੀਂ ਆਪ ਚਲਾ ਸਕਦੇ ਹੋ, ਤੁਹਾਡੇ ਕੋਲ 4 ਸਵਾਰੀਆਂ 5 ਸਵਾਰੀਆਂ ਉਹ ਵੀ ਗੱਡੀਆਂ ਲਿਖਾ ਦਿਓ ਤੁਸੀਂ। ਇਹ ਸਾਰੀਆਂ ਭਾਈ ਨਸੀਬ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਜੀ ਦੇ ਕੋਲ ਜਿਹੜੀਆਂ ਨੇ ਲਿਸਟਾਂ ਪਹੁੰਚ ਜਾਣਗੀਆਂ। ਬਾਕੀ ਬੇਨਤੀਆਂ ਜਿਵੇਂ ਪਰਸੋਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ। ਸੰਗਤਾਂ ਨੇ ਬਹੁਤ ਸਾਰੀਆਂ ਸੰਗਤ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਜਿਹੜਾ ਹੈ ਇੱਥੇ ਰਤਵਾੜਾ ਸਾਹਿਬ ਪਹੁੰਚ ਜਾਣਾ, ਅਤੇ 17 ਤਰੀਕ ਨੂੰ ਫਿਰ ਮਹਾਂਪੁਰਸ਼ਾਂ ਦਾ ਪਵਿੱਤਰ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਉਣਾ। ਬਾਕੀ ਬੇਨਤੀਆਂ ਜਿਹੜੀਆਂ ਹਨ ਉਹ ਹੁਣ ਅਰਦਾਸ ਤੋਂ ਬਾਅਦ ਜਾਂ ਪਰਸੋਂ ਕੀਤੀਆਂ ਜਾਣਗੀਆਂ। ਆਓ ਅਰਦਾਸ ਜੁੜੀਏ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੁਧਿਆ ਗਏ ਅਰਦਾਸ ਕਹੋ ਨਾਨਕ ਸਭ ਬੋਲਣਾ ਜੀ ਸ੍ਰੀ ਵਾਹਿਗੁਰੂ 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 ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਤੀਨੇ ਸੁਖ ਰਾਸ ਤਾਂ ਕੋ ਵਿਘਨ ਨਾ ਕੋਈ ਲਾਗੇ ਜਾਂ ਕਿ ਪ੍ਰਭਾਂਗੇ ਅਰਦਾਸ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ
ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਧਾਏ ਸਭ ਥਾਈਂ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪਿਆ ਵੰਡ ਛਕਟ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਆਰੇ ਨਾਲ ਤਨ ਚਰਵਾਏ ਸਿੱਖੀ ਸਿਦਕ ਕੇਸਾਂ ਸਵਾਸ ਸੰਗ ਨਿਭਾਇਆ ਦੀ ਖੰਡੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਵਿੱਚ ਪਵਾਈ ਮੁੱਖੋਂ ਸੀਨੀ ਉਚਾਰੀ ਤੇਰੇ ਭਾਣੇ ਨੂੰ ਮਿੱਠਾ 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 ਕਰਕੇ ਮੰਨਿਆ ਤੇ ਨਾ ਪਿਆਰਿਆਂ ਸਚੈਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤੀਰਥਾਂ ਗੁਰਧਾਮਾਂ ਇਸ਼ਨਾਨਾ ਝੰਡਿਆਂ ਮੰਗਿਆ ਨਿਸ਼ਾਨਾ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾ ਸਰਬ ਸੁਖ ਰਾਖਾ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਬੜੀ ਮਹਾਨ ਮਹਾਨ ਕਿਰਪਾ ਕੀਤੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਫ਼ਤਾਵਾਰੀ ਦੀਵਾਨ ਸਜਾਏ ਗਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਦੂਰੋਂ ਨੇੜੇ ਚੱਲ ਕੇ ਆਈ ਸਾਧ ਸੰਗਤ ਦੀ ਹਾਜ਼ਰੀ ਲੇਖੇ ਵਿੱਚ ਲਾਉਣੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਬਹੁਤ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਜੋਦੜੀਆਂ ਬੇਨਤੀਆਂ ਕੀਤੀਆਂ ਗਈਆਂ ਆਪ ਜੀ ਨਾਮ ਜਾਣੀ ਜਾਣ ਹੋ ਸਭਨਾਂ ਦੀਆਂ ਮਨੋਕਾਮਨਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ ਬੀਬੀ ਜੋਗਿੰਦਰ ਕੌਰ ਜੀ ਨੂੰ ਦੇਹ ਰੋਗਤਾ ਬਖਸ਼ਣੀ ਸਤਿਗੁਰੂ ਮਹਾਰਾਜ ਜੀਓ ਬੀਬੀ ਸਤਵੰਤ ਕੌਰ ਜੀ ਜੋ ਅੱਜ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਿਰਪਾ ਕਰੋ ਭੋਗ ਲਾਓ ਜੀ ਭੋਗ ਲੱਗਿਆ ਪ੍ਰਸਾਦ ਸੰਗਤ ਵਿੱਚ ਜੁੜਤਾਉਣ ਦੀ ਅੱਗ ਹੋਵੇ ਸਤਨਾਮ ਵਾਹਿਗੁਰੂ 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 ਨਾਮ ਜਪੇ ਪਾਵਨ ਪਿਆਰੇ ਹੁਕਮਨਾਮੇ ਬਖਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਿ ਮਲ ਸਾਧੂ ਸੰਗਤ ਕੈ ਅੰਚਲ ਲਾਵੋ ਬਿਖਮ ਨਾ ਦੀ ਜੈ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁ
ਪਾਗੀ ਪਾਇਆ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਪਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਲ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਸੁਖ ਸੁਖ ਕਰ ਤੂੰ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕੜ ਸਿਸਤਾ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕੜ ਨਿਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ